ਪੰਜਾਬੀ ਸੱਭਿਆਚਾਰ ਚਾਹੁੰਦਾ ਕਿ ਤੂੰ ਬੋਲ ਕੇ ਜੇ ਦੱਸਿਆ ਤਾਂ ਕੀ ਦੱਸ। ਕਈ ਵਾਰੀ ਬੰਦਾ ਨਾ ਜੀ ਹਾਰਨ ਤੋਂ ਇੰਨਾ ਡਰਦਾ ਕਿ ਕਈ ਵਾਰੀ ਉਹ ਸਟੈਪ ਹੀ ਨਹੀਂ ਚੱਕ ਪਾਉਂਦਾ। ਜਦੋਂ ਵੀ ਅਸੀਂ ਇਕੱਠੇ ਫਿਲਮ ਕਰਦੇ ਹਾਂ ਤਾਂ ਬਹੁਤ ਸਕੂਨ ਮਿਲਦਾ ਮੈਨੂੰ ਮੈਨੂੰ ਮੈਂ ਇਹਨੂੰ ਕਹਿੰਦਾ ਵੀ ਹੁੰਦਾ ਕਿ ਯਾਰ ਜਦੋਂ ਵੀ ਕਿਸੇ ਫਿਲਮ 'ਚ ਤੇਰਾ ਕੋਈ ਦੋਸਤ ਬਣਦਾ ਨਾ ਮੈਂ ਬਣ। ਜੇ ਤੁਸੀਂ ਪਿਆਰ ਕੀਤਾ ਹੋਵੇ ਜਾਂ ਜੇ ਤੁਹਾਡੀ ਯਾਰੀ ਇੰਨੀ ਮਜ਼ਬੂਤ ਆ ਤਾਂ ਤੁਹਾਨੂੰ ਡੈਫੀਨੇਟਲੀ ਆਪਣੇ ਯਾਰ ਅਤੇ ਆਪਣਾ ਪਿਆਰ ਯਾਦ ਆਊਗਾ। ਲੋਕ ਖੁੱਲ੍ਹ ਕੇ ਕਹਿ ਵੀ ਨਹੀਂ ਪਾਉਂਦੇ ਕਿਉਂਕਿ ਕਿਤੇ ਨਾ ਕਿਤੇ ਥੋੜ੍ਹਾ ਸ਼ਰਮਾਉਂਦੇ ਨੇ। ਆਈ ਥਿੰਕ ਬਹੁਤ ਲੋਕਾਂ ਦੀ ਅਨਸੈਡ ਸਟੋਰੀ ਹੈ। ਬਹੁਤ ਘੱਟ ਫਿਲਮਾਂ ਫੈਮਿਲੀ ਵਾਲੀਆਂ ਲੱਗਦੀਆਂ ਅਤੇ ਤੁਹਾਨੂੰ ਪੂਰੇ ਫੈਮਿਲੀ ਨਾਲ ਜਾਣਾ ਚਾਹੀਦਾ। ਕਮਾਲ ਦਾ ਬਾ ਕਮਾਲ ਅਦਾਕਾਰਾਂ ਨੇ ਕੰਮ ਕੀਤਾ, ਲਿਖੀ ਗਈ ਬਹੁਤ ਸੋਹਣੀ ਫਿਲਮ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਸਾਰਿਆਂ ਦੇਖ ਲਈ ਫਿਲਮ ਜੀ? ਥੈਂਕ ਯੂ ਯਾਰ, ਕਿਆ ਬਾਤ, ਥੈਂਕ ਯੂ ਵੀਰੇ, ਥੈਂਕ ਯੂ। ਮੈਂ ਲੱਗਦਾ ਵੀਰੇ ਬਹੁਤ ਸੋਹਣਾ ਡਾਇਲੋਗ ਹੈ ਕਿ ਲਓ ਜੀ ਲਓ, ਠੀਕ ਹੈ ਜੀ, ਤੁਸੀਂ ਫਿਰ ਇੱਥੇ ਆ ਕੇ ਪੁੱਛ ਲਓ ਮਾੜਾ ਜਿਹਾ ਕੁਸ਼ਚਨ। ਉਹ ਕਹਿੰਦਾ ਕਿ ਉਹਦੀ ਮੇਰੇ ਤੋਂ ਨਾਂ ਨਹੀਂ ਸੁਣੀ ਜਾਣੀ, ਉਹਦੀ ਚੁੱਪ 'ਚ ਮੈਂ ਜ਼ਿੰਦਗੀ ਕੱਟ ਲੂੰ। ਸੋ ਕਈ ਵਾਰੀ ਬੰਦਾ ਨਾ ਜੀ ਹਾਰਨ ਤੋਂ ਇੰਨਾ ਡਰਦਾ ਕਿ ਕਈ ਵਾਰੀ ਉਹ ਸਟੈਪ ਹੀ ਨਹੀਂ ਚੱਕ ਪਾਉਂਦਾ। ਸੋ ਮੈਨੂੰ ਲੱਗਦਾ ਡੈਫੀਨੇਟਲੀ ਡਾਇਲੋਗ ਬਹੁਤ ਜ਼ਰੂਰੀ ਹੈ, ਪਰ ਕਈ ਵਾਰੀ ਬੰਦਾ ਇਮੋਸ਼ਨਸ 'ਚ ਇੰਨਾ ਸਰੈਂਡਰ ਕਰ ਚੁੱਕਾ ਹੁੰਦਾ ਕਿ ਸ਼ਾਇਦ ਉਹ ਹਾਰਨਾ ਨਹੀਂ ਚਾਹੁੰਦਾ ਹੁੰਦਾ ਮੇਰੇ ਨਾਲ। ਠੀਕ ਹੈ ਬਾਈ, ਹਾਂਜੀ। ਸੋ ਜੋ ਸਕ੍ਰਿਪਟ ਦੀ ਰਿਕੁਆਇਰਮੈਂਟ ਸੀ ਜੀ, ਉਹਦੇ ਹਿਸਾਬ ਨਾਲ ਸਾਡੀਆਂ ਲੋਕੇਸ਼ਨ ਸੀ। ਤੁਸੀਂ ਦੇਖ ਲਈ ਸਾਰਿਆਂ ਨੇ ਫਿਲਮ, ਤੁਹਾਨੂੰ ਵਧੀਆ ਲੱਗੀ? ਥੈਂਕ ਯੂ, ਕਿਉਂਕਿ ਮੇਰੇ ਬੋਲਣ ਨਾਲੋਂ ਜ਼ਿਆਦਾ ਜ਼ਰੂਰੀ ਤੁਹਾਡਾ ਰਿਐਕਸ਼ਨ ਹੈ ਜੀ। ਆਈ ਥਿੰਕ ਜੋ ਸਾਡੀ ਜੋਬ ਸੀ ਉਹ ਅਸੀਂ ਪੂਰੀ ਕਰ ਚੁੱਕੇ ਹਾਂ, ਅਤੇ ਹੁਣ ਤੁਹਾਡੀ ਵਾਰੀ ਹੈ ਜੀ ਆਪਦੀ ਫੀਡਬੈਕ ਦੇਣ ਦੀ। ਸੋ ਥੈਂਕ ਯੂ ਸੋ ਮੱਚ, ਥੈਂਕ ਯੂ ਬਾਈ। ਮੁੰਡੇ ਵੀ ਰੋਏ ਮੈਨੂੰ ਲੱਗਦਾ। ਥੈਂਕ ਯੂ। ਹਾਂਜੀ, ਮੈਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਨਾ ਚਾਹੁੰਦਾ ਜੀ ਕਿ ਸਾਡੀ ਫਿਲਮ ਆ ਚੁੱਕੀ ਹੈ ਸਿਨੇਮਾ ਘਰਾਂ, ਤੁਸੀਂ ਸਾਰੇ ਜਾਣੇ ਆਪਣੇ ਦੋਸਤਾਂ ਮਿੱਤਰਾਂ ਸੱਜਣਾਂ ਨਾਲ ਜਾਓ ਅਤੇ ਫਿਲਮ ਦੇਖ ਕੇ ਆਓ ਅਤੇ ਸਾਨੂੰ ਦੱਸਿਓ ਤੁਹਾਨੂੰ ਫਿਲਮ ਕਿਵੇਂ ਲੱਗੀ। ਤੁਸੀਂ ਆਪਣੇ ਜਜ਼ਬਾਤ ਪੇਸ਼ ਕਰਨਾ ਚਾਹੁੰਦੇ ਹੋ? ਮਤਲਬ ਮੈਂ ਪਹਿਲਾਂ ਇੰਟਰਵਿਊ 'ਚ ਵੀ ਇਹੀ ਕਿਹਾ ਸੀ ਕਿ ਫਿਲਮ ਦੇਖ ਕੇ ਕੁਛ ਦੋਸਤ ਜਿਹੜੇ ਪਿੱਛੇ ਰਹਿ ਗਏ ਉਹ ਤੁਹਾਨੂੰ ਜ਼ਰੂਰ ਯਾਦ ਆਉਣਗੇ, ਔਰ ਹਮੇਸ਼ਾ ਰੌਕੀ ਮੈਂਟਲ ਤੋਂ ਬਾਅਦ ਸਾਡੀ ਜਿਹੜੀ ਦੋਸਤੀ ਆ ਰੀਅਲ ਲਾਈਫ 'ਚ, ਤਾਂ ਮੈਂ ਜਦੋਂ ਵੀ ਅਸੀਂ ਇਕੱਠੇ ਫਿਲਮ ਕਰਦੇ ਹਾਂ ਤਾਂ ਬਹੁਤ ਸਕੂਨ ਮਿਲਦਾ ਮੈਨੂੰ ਮੈਨੂੰ ਮੈਂ ਇਹਨੂੰ ਕਹਿੰਦਾ ਵੀ ਹੁੰਦਾ ਕਿ ਯਾਰ ਜਦੋਂ ਵੀ ਕਿਸੇ ਫਿਲਮ 'ਚ ਤੇਰਾ ਕੋਈ ਦੋਸਤ ਬਣਦਾ ਨਾ ਮੈਂ ਬਣਦਾ, ਤਾਂ ਮੈਨੂੰ ਉਹ ਸਕੂਨ ਮਿਲਦਾ ਉਸ ਚੀਜ਼ 'ਚ। ਇੱਕ ਇਮੋਸ਼ਨ, ਫਿਲਮ ਮੈਂ ਪਹਿਲਾਂ ਦੇਖੀ ਨਹੀਂ ਸੀ, ਮੈਨੂੰ ਕਹਿੰਦਾ ਵੀਰਾ ਦੇਖ ਲਾ, ਮੈਂ ਕਹਿੰਦਾ ਯਾਰ ਮੈਂ ਫਿਲਮ ਸਿਨੇਮੇ 'ਚ ਦੇਖੂੰਗਾ, ਤਾਂ ਮੇਰਾ ਅਜੇ ਵੀ ਗਲਾ ਮਤਲਬ ਭਰਿਆ ਹੋਇਆ, ਤਾਂ ਮੈਂ ਅਜੇ ਵੀ ਫਿਲਮ ਦੇ ਜ਼ੋਨ 'ਚ ਹੈਗਾ। ਔਰ ਅੰਬਰ ਬਹੁਤ ਪਿਆਰਾ ਕੰਮ ਕੀਤਾ ਯਾਰ ਤੂੰ, ਬਹੁਤ ਪਿਆਰਾ। ਸੋ ਮੈਨੂੰ ਲੱਗਦਾ ਕਿ ਤੁਹਾਨੂੰ ਸਾਰੇ ਯਾਰ ਦੋਸਤ ਯਾਦ ਆਏ ਹੋ। ਭਾਈ ਪਿੱਛੋਂ ਮੈਨੂੰ ਸਾਰੇ ਕਹਿ ਰਹੇ ਨੇ ਵੀ ਪਰਮੇਸ਼ਵਰ ਨੂੰ ਪੁੱਛੋ ਵੀ ਦਾਲ ਸੁੱਕੀ ਤੁਸੀਂ ਬਣਾਈ ਸੀਗੀ। ਦਾਲ ਸਾਰਾ ਕੁਝ ਬਣਾ, ਜੇ ਫਿਲਮਾਂ ਬਣਾ ਸਕਦਾ ਤਾਂ ਮੈਨੂੰ ਲੱਗਦਾ ਦਾਲ ਵੀ ਬਣਾ ਸਕਦਾ, ਸਾਰਾ ਕੁਝ ਜਾਣਦਾ। ਨਹੀਂ, ਸ਼ੂਟ ਤੇ ਮੈਗੀ ਵੀ ਬਹੁਤ ਬਣਾਈ ਸੀ। ਹਾਂ ਰਾਈਟ, ਸੋ ਦੋਸਤੀ ਦੀ ਗੱਲ ਫਿਲਮ ਦੇ ਵਿੱਚ ਹੋਈ ਆ, ਬਹੁਤ ਸਾਰੇ ਆਰਟਿਸਟ ਇੱਥੇ ਆਏ ਸੀਗੇ, ਅਸੀਂ ਉਹਨਾਂ ਨਾਲ ਗੱਲਬਾਤ ਕੀਤੀ, ਉਹ ਕਹਿੰਦੇ ਵੀ ਅਸੀਂ ਮੈਨੂੰ ਬਹੁਤ ਚੰਗਾ ਲੱਗਿਆ ਜਦੋਂ ਫਿਲਮ ਖਤਮ ਹੋਈ ਤੇ ਜਸ ਨੇ ਆ ਕੇ ਮੈਨੂੰ ਇੰਨੀ ਘੁੱਟ ਕੇ ਚੁੱਪੀ, ਬਾਈ ਜੋਰਡਨ ਨੇ ਇੰਨਾ ਪਿਆਰ ਦਿੱਤਾ। ਸੋ ਮਾਵੀ ਵੀ ਸਾਡੇ ਨਾਲ ਸੀ, ਮਾਵੀ ਨੇ ਦੋ ਗਾਣੇ ਲਿਖੇ ਫਿਲਮ ਦੇ। ਸੋ ਜਿੰਨੇ ਵੀ ਸਾਡੇ ਹੋਰ ਆਰਟਿਸਟ ਬਹੁਤ ਆਏ ਨੇ ਇੱਥੇ, ਐਕਸੀ ਵੀ ਆਏ, ਡੀ ਜੀ ਇਮੋਟਲਸ ਵੀ ਆਏ ਨੇ, ਜਸਮੀਨ ਬਾਜਵਾ ਜੀ ਪਹੁੰਚੇ ਨੇ। ਸੋ ਇਹਨਾਂ ਸਾਰਿਆਂ ਨੇ ਸਪੋਰਟ ਦਿੱਤੀ, ਸਾਰਿਆਂ ਨੇ ਇੰਨਾ ਬਲੈਸਿੰਗ ਦਿੱਤੀਆਂ, ਸਾਰਿਆਂ ਦਾ ਥੈਂਕ ਯੂ ਜੀ। ਅੰਕਲ ਦਾ ਗੱਚ ਜਿਹਾ ਭਰ ਗਿਆ ਸੀਗਾ, ਪਰ ਮੈਂ ਥੋੜ੍ਹਾ ਅਵੋਇਡ ਜਿਹਾ ਕੀਤਾ ਇਹ ਕੰਟੈਕਟ, ਕਿਉਂਕਿ ਸੀਨ ਥੋੜ੍ਹਾ ਇੰਟੈਂਸ ਸੀ ਕਲਾਈਮੈਕਸ ਦਾ, ਹੁਣ ਅਸੀਂ ਘਰੇ ਜਾ ਕੇ ਕਰ ਲਾਂਗੇ ਜੀ ਮੈਨੇਜ। ਹਾਂਜੀ ਠੀਕ ਹੈ ਜੀ, ਓਕੇ ਹਾਂਜੀ ਜਸਮੀਨ ਜੀ, ਸੇ ਫਿਊ ਵਰਡਸ।
ਬਹੁਤ ਹੀ ਸੋਹਣੀ ਫਿਲਮ ਸੀ ਮੈਨੂੰ ਲੱਗਦਾ ਹੈ ਹਾਰਟ ਵਾਰਮਿੰਗ ਹਾਰਟ ਟੱਚਿੰਗ ਇਮੋਸ਼ਨਲ ਆ ਕਾਫੀ ਤੁਹਾਨੂੰ ਆਪਣੇ ਕਿਤੇ ਨਾ ਕਿਤੇ ਜੇ ਤੁਸੀਂ ਪਿਆਰ ਕੀਤਾ ਹੋਵੇ ਜਾਂ ਜੇ ਤੁਹਾਡੀ ਯਾਰੀ ਇੰਨੀ ਮਜ਼ਬੂਤ ਆ ਤਾਂ ਤੁਹਾਨੂੰ ਡੈਫੀਨੇਟਲੀ ਆਪਣੇ ਯਾਰ 'ਤੇ ਆਪਣਾ ਪਿਆਰ ਯਾਦ ਆਊਗਾ ਸੋਰੀ ਰਿਲੇਟ ਤਾਂ ਮੈਂ ਡੈਫੀਨੇਟਲੀ ਕੀਤਾ ਬਿਕੋਜ਼ ਮੈਨੂੰ ਮੈਂ ਆਪ ਹੀ ਬਹੁਤ ਸ਼ਾਇਰੀ ਪਸੰਦ ਇਨਸਾਨ ਹਾਂ ਅਤੇ ਜਦੋਂ ਸਟਾਰਟ ਜਿਵੇਂ ਹੁੰਦੀ ਆ ਮੂਵੀ ਜਿਵੇਂ ਉਹ ਸ਼ਬਦ ਬੋਲੇ ਜਾਂਦੇ ਆ ਮੈਨੂੰ ਬਹੁਤ ਮੈਨੂੰ ਟੱਚ ਹੀ ਕਰਕੇ ਗਏ ਐਂਡ ਐਂਡ 'ਚ ਵੀ ਜਿਵੇਂ ਕਲਾਈਮੈਕਸ ਹੋਇਆ ਅਤੇ ਰਿਲੇਟ ਵੀ ਕਰਦੀ ਹੈ ਅਤੇ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਸ਼ਾਇਦ ਆਪ ਦੇ ਦੋਸਤ ਨਾਲ ਹੀ ਕੁਝ ਇਹੋ ਜਿਹਾ ਹੋ ਰਿਹਾ ਐਂਡ ਡੈਫੀਨੇਟਲੀ ਤੁਸੀਂ ਉਸ ਮੂਵੀ ਦਾ ਪਾਰਟ ਬਣ ਜਾਂਦੇ ਹੋ ਮੈਂ ਤਾਂ ਰੋਈ ਹਾਂ ਬਿਲਕੁਲ ਮੈਨੂੰ ਐਕਚੁਅਲੀ ਇਹੋ ਜਿਹੀ ਫਿਲਮਾਂ ਮੇਰਾ ਫੇਵਰੇਟ ਜੋਨਰ ਆ ਅਤੇ ਇੱਕ ਤਾਂ ਪਿਆਰ ਦੇ ਉੱਤੇ ਇੰਨਾ ਇਮੋਸ਼ਨਲ ਇੰਪੈਕਟ ਸੀਗਾ ਇਸ ਫਿਲਮ ਦਾ ਅਤੇ ਯਾਰੀ ਦੇ ਉੱਤੇ ਇੰਨਾ ਇਮੋਸ਼ਨਲ ਇੰਪੈਕਟ ਸੀਗਾ ਦੋਨੋਂ ਦੇ ਉੱਤੇ ਤੁਹਾਨੂੰ ਰਵਾ ਕੇ ਹੀ ਜਾਂਦੀ ਹੈ ਪਰ ਹਸਾ ਕੇ ਵੀ ਜਾਊਗੀ ਰਵਾ ਕੇ ਵੀ ਜਾਊਗੀ ਸਾਰੇ ਕਲਰਸ ਆ ਇਸ ਮੂਵੀ 'ਚ ਐਂਡ ਆਈ ਵਿਸ਼ ਦਮ ਆਲ ਦ ਬੈਸਟ ਥੈਂਕ ਯੂ ਜੀ ਫਿਲਮ ਜਾ ਕੇ ਦੇਖੋ ਜੀ ਅਸੀਂ ਬਹੁਤ ਮਿਹਨਤ ਨਾਲ ਸਾਰੀ ਟੀਮ ਨੇ ਫਿਲਮ ਬਣਾਈ ਹੈ ਅਤੇ ਆਈ ਥਿੰਕ ਤੁਹਾਨੂੰ ਡੈਫੀਨੇਟਲੀ ਮੂਵੀ ਪਸੰਦ ਆਊਗੀ ਇੱਕ ਇਹੋ ਜਿਹੇ ਇਮੋਸ਼ਨ 'ਤੇ ਮੂਵੀ ਹੈ ਜਿਹੜਾ ਕਿ ਬਹੁਤ ਲੋਕਾਂ ਦੇ ਅੰਦਰ ਹੁੰਦਾ ਬਟ ਲੋਕ ਖੁੱਲ੍ਹ ਕੇ ਕਹਿ ਵੀ ਨਹੀਂ ਪਾਉਂਦੇ ਕਿਉਂਕਿ ਕਿਤੇ ਨਾ ਕਿਤੇ ਥੋੜ੍ਹਾ ਸ਼ਰਮਾਉਂਦੇ ਨੇ ਤਾਂ ਆਈ ਥਿੰਕ ਬਹੁਤ ਲੋਕਾਂ ਦੀ ਅਨਸੈਡ ਸਟੋਰੀ ਹੈ ਇਹ ਅਤੇ ਡੈਫੀਨੇਟਲੀ ਹਰ ਬੰਦਾ ਇਹਨੂੰ ਕਿਸੇ ਨਾ ਕਿਸੇ ਲੈਵਲ 'ਤੇ ਜ਼ਰੂਰ ਰਿਲੇਟ ਕਰੂਗਾ ਤਾਂ ਆਈ ਥਿੰਕ ਮੂਵੀ ਦੇਖੋ ਸਾਰੇ ਜਾ ਕੇ ਤੁਹਾਨੂੰ ਡੈਫੀਨੇਟਲੀ ਵਧੀਆ ਲੱਗੂ ਅਸੀਂ ਰੋਕੀ ਮੈਂਟਲ ਤੋਂ ਬਾਅਦ ਹੀ ਸਾਡੇ 'ਚ ਜਿਵੇਂ ਕਹਿ ਦਈਏ ਕਿ ਰੀਅਲ ਲਾਈਫ 'ਚ ਵੀ ਅਸੀਂ ਬਹੁਤ ਅੱਛੇ ਦੋਸਤ ਹਾਂ ਅਤੇ ਜਦੋਂ ਇਹ ਫਿਲਮ ਸ਼ੁਰੂ ਵੀ ਕਰਨੀ ਸੀ ਤਾਂ ਪਰਮੇਸ਼ ਨੇ ਮੈਨੂੰ ਬੁਲਾਇਆ ਸੀ ਕਹਿੰਦਾ ਯਾਰ ਇੱਦਾਂ ਇੱਦਾਂ ਕਰੈਕਟਰ ਹੈਗਾ ਅਤੇ ਮੇਰੇ ਦੋਸਤ ਦਾ ਅਤੇ ਮੈਂ ਕਿਹਾ ਯਾਰ ਆਪਾਂ ਕਰਦੇ ਹਾਂ ਨਾ ਸ਼ੁਰੂ ਅਤੇ ਪਰਮੇਸ਼ ਨੂੰ ਸੀ ਕਿ ਹਾਂ ਹੁਣ ਥੋੜ੍ਹਾ ਮੇਨ ਸਟ੍ਰੀਮ 'ਚ ਕੰਮ ਕਰਦਾ ਕਿ ਪਤਾ ਨਹੀਂ ਦੋਸਤ ਦਾ ਕਰੈਕਟਰ ਕਰੂਗਾ ਕਿ ਨਹੀਂ ਤਾਂ ਹਮੇਸ਼ਾ ਹੀ ਪਰਮੇਸ਼ ਦੇ ਲਈ ਮੈਂ ਹਮੇਸ਼ਾ ਹੀ ਕਹਿੰਦਾ ਨਾ ਕਿ ਚਾਹੇ ਇੱਕ ਵੀ ਸੀਨ ਹੋਵੇ ਤੇਰੀ ਫਿਲਮ 'ਤੇ ਤੇਰੇ ਦੋਸਤ ਦਾ ਔਰ ਮੈਨੂੰ ਇਹ ਲੱਗਦਾ ਕਿ ਮੈਂ ਇਹੀ ਚਾਹੁੰਦਾ ਕਿ ਅਗਰ ਕੋਈ ਦੋਸਤੀ ਦੀ ਇਗਜ਼ਾਮਪਲ ਦੇ ਤਾਂ ਉਹ ਪ੍ਰੀਤ ਰੋਕੀ ਰਮਵਰਿੰਦਰ ਦੀ ਇਗਜ਼ਾਮਪਲ ਦੇ ਸਾਡੀ ਇਹੀ ਕੋਸ਼ਿਸ਼ ਸੀ ਕਿ ਜਦੋਂ ਵੀ ਤੁਸੀਂ ਫਿਲਮ ਦੇਖੋ ਤਾਂ ਤੁਸੀਂ ਉਹਨਾਂ ਦੋਸਤਾਂ ਨੂੰ ਯਾਦ ਕਰੋ ਜਿਨ੍ਹਾਂ ਨੂੰ ਤੁਸੀਂ ਪਿੱਛੇ ਛੱਡ ਲਿਆ ਤਾਂ ਸਾਡਾ ਉਹੀ ਕੋਸ਼ਿਸ਼ ਸੀ ਕਿ ਉਹ ਇਕੱਠੇ ਜਿੱਥੋਂ ਨਿਕਲੇ ਇੱਕ ਟਾਈਮ 'ਤੇ ਉਹ ਸਾਡਾ ਖਿਆਲ ਰੱਖਦਾ ਅੰਬਰ ਇੱਕ ਟਾਈਮ ਆ ਅਸੀਂ ਉਹਦਾ ਖਿਆਲ ਰੱਖਦੇ ਸੋ ਇਹੀ ਦੋਸਤੀ ਆ ਮੈਨੂੰ ਹਮੇਸ਼ਾ ਹੀ ਸਕੂਨ ਮਿਲਦਾ ਪਹਿਲਾਂ ਤਾਂ ਐਜ਼ ਅ ਆਡੀਅੰਸ ਮੈਨੂੰ ਲੱਗਦਾ ਕਿ ਅਸੀਂ ਸਾਰੇ ਆਪਣੀ ਜ਼ਿੰਦਗੀ 'ਚ ਕਿਤੇ ਨਾ ਕਿਤੇ ਅੰਦਰ ਵੀ ਬਣਿਆ ਅਤੇ ਅੰਬਰ ਵੀ ਬਣਿਆ ਖਰਾਬ ਵੀ ਹੋਇਆ ਅਤੇ ਖਰਾਬ ਕੀਤਿਆਂ ਨੂੰ ਸੰਭਾਲਿਆ ਵੀ ਬਹੁਤ ਹੈ ਤਾਂ ਐਜ਼ ਅ ਆਡੀਅੰਸ ਤਾਂ ਮੈਨੂੰ ਆਪਣੇ ਯਾਰਾਂ ਦੀ ਬਹੁਤ ਯਾਦ ਆਈ ਮੇਰੇ ਨਾਲ ਹੀ ਸੀ ਉਹ ਵੀ ਜਿਨ੍ਹਾਂ ਨੇ ਮੈਨੂੰ ਵੀ ਸਾਂਭਿਆ ਅਤੇ ਉਹਨਾਂ ਨੂੰ ਮੈਂ ਵੀ ਸਾਂਭਿਆ ਹੁੰਦਾ ਨਾ ਆਪਾਂ ਸਾਰੇ ਜ਼ਿੰਦਗੀ 'ਚ ਕਿਸੇ ਨਾ ਕਿਸੇ ਨੂੰ ਤਾਂ ਸਹਾਰਾ ਦਿੰਦੇ ਹੀ ਹਾਂ ਕਿ ਯਾਰ ਕੋਈ ਨਹੀਂ ਤੂੰ ਘਬਰਾਉਣਾ ਤੇਰੇ ਨਾਲ ਆ ਤਾਂ ਮੈਨੂੰ ਲੱਗਦਾ ਧੀਰਜ ਵੀਰਾ ਅਤੇ ਪਰਮੇਸ਼ ਵੀਰਾ ਅਸਲੀ ਜੀ ਦੋਸਤ ਐਵੇਂ ਦੇ ਨੇ ਅਤੇ ਫਿਲਮ 'ਚ ਇਹਨਾਂ ਨੇ ਇੱਕ ਮੁਹੱਬਤ ਦਾ ਪੈਗਾਮ ਹੀ ਦਿੱਤਾ ਔਰ ਮੈਨੂੰ ਲੱਗਦਾ ਕਿ ਬਹੁਤ ਘੱਟ ਫਿਲਮਾਂ ਫੈਮਿਲੀ ਵਾਲੀਆਂ ਲੱਗਦੀਆਂ ਅਤੇ ਤੁਹਾਨੂੰ ਪੂਰੇ ਫੈਮਿਲੀ ਨਾਲ ਜਾਣਾ ਚਾਹੀਦਾ ਇਕੱਲੀ ਦੋਸਤੀ ਤੇ ਫਿਲਮ ਨਹੀਂ ਹੈ ਮਦਰ ਫਾਦਰ ਪਿਆਰ ਦੀ ਗੱਲ ਕਿਵੇਂ ਔਖੇ ਟਾਈਮ 'ਚ ਸਾਂਭਿਆ ਅਤੇ ਐਜ਼ ਅ ਬ੍ਰਦਰ ਇਹ ਤਾਂ ਆਡੀਅੰਸ ਦੇ ਹਿਸਾਬ ਨਾਲ ਮੈਂ ਰਿਵਿਊ ਦੇ ਤਾ ਪਰ ਐਜ਼ ਅ ਬ੍ਰਦਰ ਤਾਂ ਸਾਡਾ ਭਰਾ ਹੈ ਮੈਨੂੰ ਤਾਂ ਇੰਨਾ ਹੀ ਚਾਅ ਬਹੁਤ ਹੈ ਕਿ ਸਾਡੇ ਭਰਾ ਨੇ ਫਿਲਮ ਪ੍ਰੋਡਿਊਸ ਕੀਤੀ ਸਾਡਾ ਭਰਾ ਪ੍ਰੋਡਿਊਸਰ ਹੈ ਤਾਂ ਸਾਡੇ ਭਰਾ ਨੇ ਫਿਲਮ ਪ੍ਰੋਡਿਊਸ ਕੀਤੀ ਹੈ ਬਹੁਤ ਮਿਹਨਤ ਕੀਤੀ ਹੈ ਬਹੁਤ ਲੋਕਾਂ ਨੂੰ ਨਹੀਂ ਪਤਾ ਸਭ ਤੋਂ ਜ਼ਿਆਦਾ ਮੁਹੱਬਤ ਇਹ ਬੰਦਾ ਆਪਣੀ ਬਾਡੀ ਨੂੰ ਕਰਦਾ ਸੀ ਅਤੇ ਉਹ ਕੁਰਬਾਨ ਕੀਤੀ ਹੈ ਕਿੰਨਾ ਪੇਟ ਕਿਉਂਕਿ ਜਿਹੜਾ ਹੈਲਦੀ ਬੰਦਾ ਹੁੰਦਾ ਨਾ ਉਹ ਬੜਾ ਔਖਾ ਉਹਦੇ ਲਈ ਅਨਹੈਲਦੀ ਖਾਣਾ ਅਤੇ ਕਿੰਨੀ ਕੁਰਬਾਨੀ ਮਤਲਬ ਪਹਿਲਾ ਐਕਸਪੀਰੀਅੰਸ ਹੈ ਬਹੁਤ ਮਿਹਨਤ ਹੈ ਔਰ 2 ਸਾਲਾਂ ਦੀ ਮਿਹਨਤ ਹੈ ਤਾਂ ਪਹਿਲਾਂ ਤਜਰਬਾ ਮੈਨੂੰ ਲੱਗਦਾ ਕਿ ਤੁਸੀਂ ਸਾਰੇ ਵੀ ਮੀਡੀਆ ਵਾਲੇ ਕਿਤੋਂ ਨਾ ਕਿਤੋਂ ਜਦੋਂ ਸ਼ੁਰੂ ਹੁੰਦੇ ਹੋ ਆਸ ਕਰਦੇ ਹੋ ਨਾ ਤੁਹਾਨੂੰ ਲੋਕ ਸਪੋਰਟ ਕਰਨ ਤਾਂ ਇਹ ਵੀ ਸਾਡਾ ਭਰਾ ਇੰਡਸਟਰੀ 'ਚ ਪਹਿਲਾ ਕਦਮ ਹੈ ਪਹਿਲਾ ਇੰਡੀਪੈਂਡੈਂਟ ਪ੍ਰੋਡਿਊਸਰ ਡਾਇਰੈਕਟਰ ਐਕਟਰ ਸਿੰਗਰ ਦਵਾਨ ਐਂਡ ਓਨਲੀ ਪਰਮੇਸ਼ ਵਰਮਾ ਬਾਈ ਉੱਤੋਂ ਇਹਨਾਂ ਦੀ ਯਾਰਾਂ ਦੀ ਟੀਮ ਕਿਉਂਕਿ ਇਹ ਦੋਸਤੀ ਵਾਲਾ ਗਰੁੱਪ ਹੈ ਨਾ ਹਾਡੀ ਵੀਰਾ ਤਾਂ ਇਹ ਭਰਾਵਾਂ ਦੇ ਸਿਰ 'ਤੇ ਐਡਾ ਸਾਮਰਾਜ ਹੋ ਰਿਹਾ ਅਤੇ ਤੁਹਾਡੀ ਹੁਣ ਸਪੋਰਟ ਦੀ ਲੋੜ ਹੈ ਤਾਂ ਮੈਨੂੰ ਫਿਲਮ ਤੋਂ ਪਹਿਲਾਂ ਪਰਮੇਸ਼ ਵਰਮਾ ਬਾਈ ਕਹਿੰਦਾ ਰਿਹਾ ਯਾਰ ਇਹਦੇ 'ਚ ਆਹ ਕਮੀ ਹੈ ਪਰ ਮੈਨੂੰ ਅੱਜ ਲੱਗਦਾ ਕਿ ਯਾਰ ਬਾਈ ਮਤਲਬ ਦ ਪਰਫੈਕਟ ਐਗਜ਼ਾਮਪਲ ਆਫ ਅ ਫਿਲਮ ਕਿ ਇਮੋਸ਼ਨ ਜਿੱਥੇ ਸੀਨ ਯਾਰੀ ਦਾ ਆਇਆ ਤਾਂ ਇਹਨਾਂ ਦੀ ਯਾਰੀ ਦੇਖ ਦੇਖ ਕੇ ਮੈਂ ਆਪਣੇ ਯਾਰ ਕਿਉਂਕਿ ਮੈਂ ਵੀ ਰੋਂਦਾ ਸੀ ਤਾਂ ਮੈਨੂੰ ਮੇਰੇ ਯਾਰ ਹੀ ਸਾਂਭਦੇ ਸੀ ਤਾਂ ਬਹੁਤ ਮਜ਼ਾ ਆਇਆ ਬਹੁਤ ਚੰਗਾ ਲੱਗਿਆ ਸਾਰੇ ਜ਼ਰੂਰ ਪਹੁੰਚੋ ਧੰਨਵਾਦ ਥੈਂਕ ਯੂ ਬਾਈ ਥੈਂਕ ਯੂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ
ਇਹਨਾਂ ਨੇ ਮੈਨੂੰ ਅੱਗੇ ਕੀਤਾ ਕਿ ਕੁਛ ਗੁਰਜਿੰਦ ਵੀਰਾ ਜੀ ਇਹਨਾਂ ਨੇ ਸਾਡੀ ਫਿਲਮ ਲਿਖੀ ਐਡੀ ਸੋਹਣੀ ਫਿਲਮ ਲਿਖਣ ਲਈ ਸਾਨੂੰ ਫਿਲਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਲਵ ਯੂ ਇਹਨਾਂ ਨੇ ਧੀਰੇ ਬਾਈ ਨੇ ਕਿਹਾ ਵੀ ਤੁਸੀਂ ਕੁਛ ਕਹੋ ਮੈਨੂੰ ਲੱਗਦਾ ਮੈਂ ਕਹਿਤਾ ਮੈਂ ਉਹ ਇੱਕ ਘੰਟੇ 50 ਮਿੰਟ 'ਚ ਕਹਿਤਾ ਅਤੇ ਤੁਸੀਂ ਸੁਣ ਲਿਆ ਬਸ ਮੈਂ ਚਾਹੁੰਦਾ ਕਿ ਤੁਸੀਂ ਅੱਗੇ ਇਸ ਫਿਲਮ ਨੂੰ ਪ੍ਰਮੋਟ ਕਰੋ ਔਰ ਲੋਕਾਂ ਨੂੰ ਦੱਸੋ ਕਿ ਫਿਲਮ ਦੇਖਣ ਚੰਗੀਆਂ ਫਿਲਮਾਂ ਅਗਰ ਲੋਕ ਦੇਖਣਗੇ ਤਾਂ ਚੰਗੀਆਂ ਫਿਲਮਾਂ ਬਣਨਗੀਆਂ थैंक यू सो मच जी थोड़ा सारिया का बहुत बहुत धन्यवाद मैं पिछले उन्होंने कहता कंक्लूड कर दो सब तो पहले तो सारे मेरी प्यार भरी सत श्री अकाल अगर मैं गल कर रहा गुरजिंद होर ने इन्होंने फिल्म लिखी है बा कमाल फिल्म लिखी है असं सारे ने देखी है और बहुत कुछ कहा गया मेरे तो पहला भी अगर इनू इस एक लाइन के मैं करा इन समाप्त करा यही कहंगा इट्स अ स्टोरी ऑफ इंटेंस लव चाहे वह किस तरह का भी है चाहे दोस्ती का प्यार है माँ बाप का प्यार है आशक मशूक का प्यार है सो इस फिल्म के जरिए सानू एक बहुत ही खूबसूरत प्यार का और एक ऐसा ही समाज नू और जनरेशन नू एक सेध देने वाली फिल्म है आप कह दें वैसे गल वाकई है फिल्म जिमें कि पहला मेरे छोटे वीर ने बोलिया कि असी फिल्म के आखिर के बहुत कुछ हासिल करके जाने सो ये फिल्म बनाने के लिए परमीश मिस्टर परमीश वर्मा इन्हों की सारी टीम नू बहुत बहुत मुबारकबाद और असी लकी हैं कि सानू इस तरह का सिनेमा हुण देखण नू मिल रहा वैरायटी ऑफ सिनेमा साडे पंजाब दे विच आ गया है हर एक जॉनर का एक अपना अपना महत्व हुंदा है पर इहो जिहा फिल्मां बनाउण दा जिहड़ा जिगरा उह बहुत घट लोक करदे ने ते इह हासिल साडे छोटे वीर परमेश्वर वर्मा कीता और कमाल दा बा कमाल अदाकारां ने कम कीता लिखी गई बहुत सोहणी फिल्म है और जिन्ना खुब के वर्मा साहब मेरे टीचर भी रहे ने असी एक यूनिवर्सिटी 'च भी रहे हैं इन्होंने सानू बहुत कुछ सिखाया इन्हों तो भी सीखने को मिले मैं इन्होंने भी गल कर रहा है कि परमेश ने बहुत खुब के कर काम किया गॉड ब्लेस हिम तो सारी टीम को भी बहुत बहुत मुबारकबाद इसकी जी फोटोग्राफी है डायरेक्टर ऑफ फोटोग्राफी वो बहुत फिल्म की रवानगी इन्नी प्यारी है कि अपने आप एक इन्नी मिठी फिल्म है कि अपने आप तो अपने नाल बहा के लै जाती है सो बहुत बहुत मुबारकबाद एंड थैंक यू वेरी मच प्लीज बेटा मैं अज एक बहुत अच्छी फिल्म देखी तो खुशी हुई कि अच्छी फिल्म मेरे बेटे ने बनाई है तो मैं आप तारीफ करा कोई शब्द बोलना चंगा नहीं लगता पर मैं सिनेमा का एक विद्यार्थी हाँ पंजाबी सभ्याचार चाहता कि दुख बोल के जो दस्या तो की दस्या ये बिना बोले दुख दसदी है तो गालिब का एक शेर से अज मैं जिंदे होंदे वेख्या कि इश्क नहीं आसां बस इतना समझ लीजा एक काक का दरिया है और डूब के जाना है इश्क का दरिया डुब के तैर हुंदा ते फिल्म विच इश्क का दरिया डुब के तैरिया गया इहदा मतलब एक फिल्म बिना बोले बहुत कुछ कहती है ते बिना बोले कहा इस तो वड्डा कोई कहना नहीं हुंदा मेरा ख्याल है मेरे लिए इन्ना काफ़ी है आई एम प्राउड ऑफ माई सन कि उसने एक चंगी फिल्म बनाई और मेरे पुत्र ने बनाई एक पंजाबी सिनेमा नूं एक नवी चंगी फिल्म होर मिली वो मेरे बच्चे राहीं मिली थैंक यू वेरी मच ਇਸ਼ਾਨ ਜੀ ਸਾਡੀ ਫਿਲਮ ਦੇ ਡੀ ਓ ਪੀ ਨੇ ਜੀ ਸੋ ਸਭ ਤੋਂ ਪਹਿਲਾਂ ਤਾਂ ਜਿੱਦਾਂ ਸਾਰੇ ਆਪਾਂ ਸਾਰਿਆਂ ਨੇ ਫਿਲਮ ਦੇਖੀ ਸੋ ਜਿਹੜਾ ਅਨਸੈਡ ਇਸ਼ਕ ਦੀ ਗੱਲ ਹੈ ਜਾਂ ਦੋਸਤੀ ਦੀ ਜਿਹੜੀ ਗੱਲ ਹੈ ਮੇਰੇ ਲਈ ਬੀਇੰਗ ਅ ਸਿਨੇਮਾਟੋਗ੍ਰਾਫਰ ਇਸ ਫਿਲਮ ਦਾ ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਅਸੀਂ ਦੋਵੇਂ ਦੋਸਤ ਹਾਂ ਬਚਪਨ ਦੇ ਦੋਸਤ ਹਾਂ ਅਤੇ ਜਦੋਂ ਮੈਨੂੰ ਪਤਾ ਲੱਗਿਆ ਕਿ ਹੀ ਇਜ਼ ਪ੍ਰੋਡਿਊਸਿੰਗ ਐਂਡ ਡਾਇਰੈਕਟਿੰਗ ਅ ਫਿਲਮ ਮੈਂ ਅਸੀਂ ਦੋਨਾਂ ਨੇ ਡਿਸਕਸ ਕੀਤਾ ਕਿ ਯਾਰ ਸਾਨੂੰ ਦੋਨਾਂ ਨੂੰ ਇੱਕ ਦੂਜੇ 'ਤੇ ਮਾਣ ਹੈ ਵੀ ਦੋ ਬਚਪਨ ਦੇ ਦੋਸਤ ਫਿਲਮ ਬਣਾ ਰਹੇ ਹਾਂ ਇਕੱਠੇ ਐਂਡ ਮੈਨੂੰ ਲੱਗਦਾ ਕਿਤੇ ਨਾ ਕਿਤੇ ਅਸੀਂ ਸਾਰੇ ਬੀਇੰਗ ਅ ਟੀਮ ਕਾਮਯਾਬ ਹੋਏ ਹਾਂ ਅਤੇ ਬੀਇੰਗ ਅ ਸਿਨੇਮਾਟੋਗ੍ਰਾਫਰ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਥਿਨ ਲਾਈਨ ਹੈ ਕਿ ਤੁਹਾਡੇ ਕੈਰੈਕਟਰਸ ਤੁਹਾਡੀ ਕਹਾਣੀ ਕਿਤੇ ਪਿੱਛੇ ਨਾ ਰਹਿ ਜੇ ਮਤਲਬ ਫਿਲਮ ਦਾ ਕੋਈ ਵੀ ਕਰਾਫਟ ਨੈਰੇਟਿਵ ਨੂੰ ਜਾਂ ਪਰਫੋਰਮੈਂਸਿਸ ਨੂੰ ਓਵਰਸ਼ੈਡੋ ਨਾ ਕਰੇ ਅਤੇ ਮੈਨੂੰ ਲੱਗਦਾ ਅਸੀਂ ਸਾਰਿਆਂ ਨੇ ਉਸ ਚੀਜ਼ ਦਾ ਬਹੁਤ ਖਿਆਲ ਰੱਖਣ ਦੀ ਕੋਸ਼ਿਸ਼ ਕੀਤੀ ਐਂਡ ਪਰਮੀਸ਼ ਧੀਰਜ ਕਵੀ ਗੁਰਜਨ ਬਾਈ ਨੇ ਜਿਸ ਤਰੀਕੇ ਦਾ ਨੈਰੇਟਿਵ ਦਿੱਤਾ ਉਸ ਤੋਂ ਬਾਅਦ ਪਰਮੀਸ਼ ਗਿਵ ਅਸ ਦੈਟ ਗਰਾਊਂਡ ਟੂ ਪਲੇ ਅਰਾਊਂਡ ਯਾਰ ਮੈਨੂੰ ਲੱਗਦਾ ਵੀ ਇੰਨਾ ਫੇਥ ਕਰਕੇ ਸਾਰਿਆਂ ਤੋਂ ਕੰਮ ਕਰਾਉਣਾ ਇਜ਼ ਨੋਟ ਐਨ ਈਜ਼ੀ ਜੋਬ ਬੀਇੰਗ ਅ ਪ੍ਰੋਡਿਊਸਰ ਡਾਇਰੈਕਟਰ ਇਨ ਸਰ ਅਤੇ ਸਾਰੀ ਟੀਮ ਬਹੁਤ ਬਹੁਤ ਪਿਆਰ ਅਤੇ ਦੁਆਵਾਂ ਦੀ ਹੱਕਦਾਰ ਹੈ ਅਤੇ ਆਈ ਰੀਅਲੀ ਰਿਕਮੈਂਡ ਯੂ ਆਲ ਗਾਇਸ ਕਿ ਤੁਸੀਂ ਪਲੀਜ਼ ਥੀਏਟਰ 'ਚ ਜ਼ਰੂਰ ਐਕਸਪੀਰੀਅੰਸ ਕਰੋ ਥੈਂਕ ਯੂ ਸੋ ਮਚ
ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸੋ ਮੱਚ, ਤੁਸੀਂ ਸਮਾਂ ਕੱਢ ਕੇ ਆਏ, ਤੁਸੀਂ ਫਿਲਮ ਦੇਖੀ। ਮੈਂ ਬਸ ਸਾਰਿਆਂ ਨੂੰ ਇਹੀ ਰਿਕੁਐਸਟ ਕਰਨਾ ਚਾਹੁੰਦਾ, ਸਾਡੀ ਫਿਲਮ ਸਿਨੇਮਾ ਘਰਾਂ 'ਚ ਲੱਗ ਚੁੱਕੀ ਹੈ, ਤੁਸੀਂ ਆਪਣੇ ਦੋਸਤਾਂ ਨਾਲ ਪਰਿਵਾਰਾਂ ਨਾਲ ਜ਼ਰੂਰ ਆਓ ਅਤੇ ਸਾਡੀ ਫਿਲਮ ਦੇਖ ਕੇ ਜਾਓ। ਥੈਂਕ ਯੂ ਸੋ ਮੱਚ। ਮੈਂ ਇੱਕ ਵਾਰ ਥੈਂਕ ਯੂ ਕਰਨਾ ਚਾਹੁੰਦਾ ਆਪਣੀ ਸਾਰੀ ਟੀਮ ਦਾ, ਜਿੰਨੀ ਟੈਕਨੀਕਲ ਕ੍ਰੀਏਟਿਵ ਸਾਰੀ ਟੀਮ ਸਾਡੇ ਨਾਲ, ਜਿਨ੍ਹਾਂ ਨੇ ਮਿਹਨਤ ਕਰਕੇ ਫਿਲਮ ਨੂੰ ਕੰਪਲੀਟ ਕੀਤਾ, ਸਪੈਸ਼ਲੀ ਹਾਰਡੀ ਵੀਰੇ, ਥੈਂਕ ਯੂ ਸੋ ਮੱਚ। ਸਾਰਾ ਜਿਹੜਾ ਪ੍ਰੋਜੈਕਟ ਸੀ ਜੇ ਤੁਸੀਂ ਨਾ ਹੁੰਦੇ ਤਾਂ ਨਾ। ਥੈਂਕ ਯੂ ਸੋ ਮੱਚ, ਥੈਂਕ ਯੂ ਜੀ, ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਸੋ ਮੱਚ।